ਹੈਲੋ ਦੋਸਤੋ ਵੈਲਕਮ ਟੂ आवर YouTube ਚੈਨਲ keypoint05 ਤੇ ਉਮੀਦ ਕਰਦਾ ਤੁਸੀਂ ਸਭ ਠੀਕ ਹੋਗੇ ਤੁਹਾਨੂੰ ਪਤਾ ਹੈ ਕਿ ਜਿਵੇਂ ETT 635 ਦੀ ਸਕਰੂਟੀਨੀ ਹੁਣੇ ਖਤਮ ਹੋਈ ਹੈ ਉਸ ਵਿੱਚ ਜੋ ਕੈਂਡੀਡੇਟ ਐਬਸੈਂਟ ਰਹਿ ਗਏ ਸੀ ਉਹਨਾਂ ਨੂੰ ਡਿਪਾਰਟਮੈਂਟ ਵੱਲੋਂ ਇੱਕ ਹੋਰ ਚਾਂਸ ਦਿੱਤਾ ਗਿਆ ਕਿ ਆਪਣੀ ਸਕਰੂਟੀਨੀ ਕਰਵਾਉਣ ਦਾ ਠੀਕ ਹੈ ਜਿਹੜੇ ਵੀ ਕੈਂਡੀਡੇਟ ਉਸ ਸਕਰੂਟੀ ਵਿੱਚ ਐਬਸੈਂਟ ਰਹੇਗੇ ਸਨ ਹਾਜ਼ਰ ਨਹੀਂ ਹੋਏ ਸਨ ਡਿਪਾਰਟਮੈਂਟ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਜੋ ਕੈਂਡੀਡੇਟ ਐਬਸੈਂਟ ਸਨ ਉਹਨਾਂ ਦੇ ਸ਼ਡਿਊਲ ਬਾਰੇ ਨੋਟਿਸ ਕੱਢਿਆ ਆ ਆਪਾਂ ਦੇਖਦੇ ਆ ਨੋਟਿਸ ਦੇ ਵਿੱਚ ਕੀ ਲਿਖਿਆ ਹੈ ਦੇਖੋ ਸਰਕਾਰ ਵੱਲੋਂ ਜੋ ਨੋਟਿਸ ਡਿਪਾਰਟਮੈਂਟ ਵੱਲੋਂ ਕੱਢਿਆ ਗਿਆ ਉਸ ਵਿੱਚ ਲਿਖਿਆ ਆ ਆਪਾਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈ ਕਿ ਇਹ ਸਕੂਲ ਸਿੱਖਿਆ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਈਟੀਟੀ ਕੇਡਰ ਦੀਆਂ 935 635 ਪੋਸਟਾਂ ਦਾ ਵਿਗਿਆਪਨ 30 7 21 ਨੂੰ ਅਤੇ ਜੇਲ੍ਹ ਵਿਭਾਗ ਈਟੀਟੀ ਕੇਡਰ ਦੀਆਂ 22 ਪੋਸਟਾਂ ਦਾ ਵਿਗਿਆਪਨ ਮਿਤੀ 12 8 21 ਨੂੰ ਦਿੱਤਾ ਗਿਆ ਸੀ ਵਿਗਿਆਪਨ ਦੀਆਂ ਸ਼ਰਤਾਂ ਅਨੁਸਾਰ ਇਹ ਸਾਮੀਆਂ ਦਾ ਮਿਤੀ 16 10 21 2021 ਨੂੰ ਵਿਭਾਗ ਵੱਲੋਂ ਟੈਸਟ ਲੈਣ ਅਧੇ ਨਤੀਜਾ ਕੌਸ਼ਿਤ ਕਰਨ ਉਪਰੰਤ ਦਫ਼ਤਰ ਵੱਲੋਂ ਮਿਤੀ 28 12 2021 ਤੋਂ 19 1 2022 ਤੱਕ ਸਕਰੂਟੀ ਲਈ ਬੁਲਾਇਆ ਗਿਆ ਸੀ ਜਿਹੜੇ ਉਮੀਦਵਾਰ ਉਕਤ ਮਿਤੀਆਂ ਦੌਰਾਨ ਹਾਜ਼ਰ ਨਹੀਂ ਹੋਏ ਸਨ ਦੇਖੋ ਉਹਨਾਂ ਨੇ ਕਿਹਾ ਜਿਹੜੇ ਕਿਨਾਂ ਦੇ ਵਿੱਚ ਐਬਸੈਂਟ ਰਹਿ ਗਏ ਸਨ ਹਾਜ਼ਰ ਨਹੀਂ ਹੋਏ ਸਨ ਉਹਨਾਂ ਨੂੰ ਸਕਰੂਟੀ ਦਾ ਆਖਰੀ ਮੌਕਾ ਦਿੰਦੇ 24 ਠੀਕ ਹੈ 24 1 2022 ਤੋਂ 25 1 2022 ਨਾਥੀ ਸ਼ਡਿਊਲ ਅਨਸਾਰ ਨੂੰ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਮਾਈਕਰੋਸਾਫਟ ਬਿਲਡਿੰਗ ਫੇਜ਼ 3b1 ਐਸ ਐਸ ਨਗਰ ਵਿਕੇ ਸਕਰੂਟੀਨੀ ਦਾ ਸੱਦਾਰ ਦਿੱਤਾ ਜਾਂਦਾ ਠੀਕ ਹੈ ਇਹ ਆਂਦਾ ਐਡਰੈਸ ਹੈ ਜਿੱਥੇ ਤੁਸੀਂ ਜਾਣਾ ਸਕਰੂਟੀਨੀ ਦਾ ਐਸ ਐਸ ਨਗਰ ਵਿਕੇ ਮਾਈਕਰੋਸਾਫਟ ਬਿਲਡਿੰਗ ਫੇਜ਼ 3b1 ਚ ਠੀਕ ਹੈ ਤਾਂ ਇਸ ਤੋਂ ਬਾਅਦ ਸਕਰੂਟਿਨਲੀ ਹੋਰ ਕੋਈ ਮੌਕਾ ਨਹੀਂ ਇਹ ਆਖਰੀ ਚਾਂਸ ਹੈ ਜੋ ਉਮੀਦਵਾਰ ਜੋ ਆਪਣੇ ਕੈਂਡੀਡੇਟ ਰਹਿ ਗਏ ਸਨ ਜਿਨ੍ਹਾਂ ਜੋ ਸਟੂਡੈਂਟ ਆਪਣੇ ਸਕਰੂਟਿਨਲੀ ਲਈ ਨਹੀਂ ਗਏ ਸਨ ਉਹ ਉੱਥੇ ਜਾ ਕੇ ਹੁਣ ਆਪਣੀ 24 ਤੇ 25 ਤਰੀਕ ਨੂੰ ਸ਼ਡਿਊਲ ਦੇ ਅਕੋਰਡਿੰਗ ਉਹ ਵੀ ਤਾਂ ਦੱਸਦੇ ਆ ਕਿ ਸ਼ਡਿਊਲ ਹੈ ਤੇ ਅਕੋਰਡਿੰਗ ਆਪਣੀ ਜਾ ਕੇ ਸਕਰੂਟਨਿੰਗ ਕਰਵਾ ਦੇ ਸਨ ਠੀਕ ਹੈ ਉਮੀਦਵਾਰ ਨੂੰ ਉਦਾਇਤ ਕੀਤੀ ਜਾਂਦੀ ਹੈ ਕਿ ਕੋਵਿਡ-19 ਇਹ ਤੁਸੀਂ ਕਿਉਂ ਖਿਆਲ ਰੱਖਣਾ ਹੈ ਕੋਵਿਡ-19 ਸੰਬੰਧੀ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਕੀਤੇ ਗਾਈਡਲਾਈਨ ਦੀ ਇਹਨਾਂ ਬਨ ਪਾਲਣਾ ਕਰਨੀ ਯਕੀਨੀ ਬਣਾਉਂ ਠੀਕ ਹੈ ਤੁਸੀਂ ਕੋਵਿਡ ਨਾਲ ਰਿਲੇਟਡ ਜੋ ਵੀ ਉਹ ਗਾਈਡਲਾਈਨ ਦਿੱਤੀਆਂ ਉਸ ਦਾ ਤੁਸੀਂ ਪਾਲਣ ਕਰਨਾ ਹੈ ਠੀਕ ਹੈ ਅੱਗੇ ਚੱਲਦੇ ਹਾਂ ਅੱਗੇ ਦੇਖੋ ਹੁਣ ਜਿਵੇਂ ਜਿਵੇਂ ਸ਼ਡਿਊਲ ਦੇ ਅਕੋਰਡਿੰਗ ਵਿਦਿਆਰਥੀਆਂ ਨੇ ਜਾਣਾ ਕੱਟ-ਆਫ ਉਹਨਾਂ ਦੀ ਠੀਕ ਹੈ ਜਿਵੇਂ ਜਿਵੇਂ ਤੁਹਾਡੇ ਨੰਬਰ ਆ ਉਹ ਸਾਹਮਣੇ ਤੁਸੀਂ ਆਦੀ ਸਕਰੂਟੀਨਿੰਗ ਜਾਣਾ ਓਪਨ ਜੋ ਮੈਰਿਟ ਸੀ 65 ਜਾਂ 65 ਤੋਂ ਵੱਧ ਵਾਲੇ ਉਮੀਦਵਾਰ ਇਹ 24 1 2022 ਦੀ ਸ਼ਡਿਊਲ ਹੈ 8TT 432 ਪੋਸਟਾਂ ਲਈ 24 24 ਤਰੀਕ ਨੂੰ ਜੋ ਕਹ ਕਹ ਨੇ ਸਟੂਡੈਂਟ ਨੇ ਜਾਣਾ ਉਹ ਜੋ ਓਪਨ ਦੇ ਵਿੱਚ ਅੱਗੇ 65 ਜਾਂ 65 ਤੋਂ ਵੱਧ ਵਾਲੇ ਉਮੀਦਵਾਰ ਠੀਕ ਹੈ ਐਸਸੀ ਐਮ ਐਂਡ ਬੀ ਵਾਲੇ ਸਾਰੇ ਕੈਂਡੀਡੇਟ ਅਪਲਾਈ ਆ ਠੀਕ ਹੈ ਐਸਸੀ ਆਰਓ ਵਾਲੇ 57 57 ਤੋਂ ਵੱਧ ਵਾਲੇ ਕੈਂਡੀਡੇਟ ਠੀਕ ਹੈ ਐਸਸੀ ਐਮ ਐਂਡ ਬੀ ਈ ਐਸ ਐਮ ਠੀਕ ਹੈ ਔਲ ਕੈਂਡੀਡੇਟ ਐਕਸ ਸਰਵਿਸਮੈਨ ਵਾਲੇ ਆਲ ਕੈਂਡੀਡੇਟ ਐਸ ਸੀ ਆਰਓ ਐਕਸ ਸਰਮियंस ਉਹ ਵੀ ਆਲ ਕੈਂਡੀਡੇਟ ਹੈ ਠੀਕ ਹੈ ਐਸ ਸੀ ਐਮ ਐਂਡ ਸਪੋਰਟਸ ਵਾਲੇ ਵੀ ਆਲ ਕੈਂਡੀਡੇਟ ਐਸ ਆਰਓ ਆਲ ਵੀ ਆਲ ਕੈਂਡੀਡੇਟ ਬੀ ਸੀ 5900 ਤੋਂ ਵੱਧ ਵਾਲੇ ਇਹ ਸਾਰੇ 24 ਤਰੀਕ ਨੂੰ ਬੁਲਾਏ ਆ ਠੀਕ ਹੈ ਬੀ ਸੀ ਐਸ ਐਮ ਇਹ ਵੀ ਆਲ ਕੈਂਡੀਡੇਟ ਬੁਲਾਏ ਉਹਨਾਂ ਨੇ ਠੀਕ ਹੈ ਜਨਰਲ ਸਪੋਰਟਸ ਵਾਲੇ ਆਲ ਕੈਂਡੀਡੇਟ ਫਰੀडम फाइਟਰ ਜਨਰਲ ਐਸ ਐਮ ਵੀ ਪੀ ਐਚ ਵਿਜ਼ੂਅਲ ਠੀਕ ਹੈ ਫਿਜ਼ੀਕਲ ਵਿਜ਼ੂਅਲ ਜਿਹੜੇ ਹੈਗੇ ਪੀਐਚ ਹੀアリング ਵਾਲੇ ਠੀਕ ਹੈ ਔਰਥੋ ਵਾਲੇ 52 ਤੋਂ ਵੱਧ ਦੇ ਉਮੀਦਵਾਰ ਠੀਕ ਹੈ 올 ਕੈਂਡੀਡੇਟ ਪੀਐਚ ਠੀਕ ਹੈ ਆਈਡੀ ਵਾਲੇ ਵੀ ਤੇ ای ڈبلیو ایس ਵਾਲੇ ਵੀ ਜਨਰਲ ਕੈਟਾਗਰੀ ਦਾ ਜੋ ای ڈبلیو 44 ਤੋਂ ਵੱਧ ਵਾਲੇ ਉਮੀਦਵਾਰ ਸਾਰਿਆਂ ਨੂੰ ਬੁਲਾਇਆ 24 ਤਰੀਕ ਨੂੰ ਠੀਕ ਹੈ ਇਹ ਇਹ ਸ਼ਡਿਊਲ 24 ਤਰੀਕ ਦਾ ਜਿਹੜੇ ਜਿੰਨਾ ਕੈਂਡੀਡੇਟ ਇਸ ਲਿਸਟ ਦੇ ਅਕੋਰਡਿੰਗ ਜਿਨ੍ਹਾਂ ਦਾ ਨਾਮ ਆਉਂਦਾ ਠੀਕ ਹੈ ਉਹ 24 ਤਰੀਕ ਨੂੰ ਉੱਥੇ ਪਹੁੰਚ ਜਾਣ ਅੱਗੇ ਦੇਖੋ ਅੱਗੇ ਉਹਨਾਂ ਨੇ ਕਿਹਾ 25 ਤਰੀਕ ਦਾ ਸ਼ਡਿਊਲ ਕੀ ਬਣਾਇਆ ਹੈ 25 ਤਰੀਕ ਨੂੰ ਦਾ ਸ਼ਡਿਊਲ ETTB ਬਾਈ ਪੋਸਟਰ ਨਾਲ ਰਿਲੇਟਡ ਹੈ ਜੇਲ ਡਿਪਾਰਟਮੈਂਟ ਦੇ ਕੋਲ ਹੀ ਉਹਨਾਂ ਓਪਨ ਦੇ ਲਈ ਜਾਣਗੇ 82 ਜਾਂ 82 ਤੋਂ ਵੱਧ ਵਾਲੇ ਠੀਕ ਹੈ ਜਿਨ੍ਹਾਂ ਕੈਂਡੀਡੇਟ ਦੇ ਨੰਬਰ ਆਏ ਹੈ ਸਟੂਡੈਂਟ ਦੇ ਤੇ SCMNB ਵਾਲੇ 62 ਜਾਂ 62 ਤੋਂ ਵੱਧ ਵਾਲੇ ਠੀਕ ਹੈ SCRO ਵਾਲੇ 77 ਜਾਂ 77 ਤੋਂ ਵੱਧ ਵਾਲੇ ਐਸਸੀ ਐਮਐਨ ਵੀ ਈਐਸਐਮ ਉਹ ਆਲ ਕੈਂਡੀਡੇਟ ਹੈ ਐਸਸੀ ਐਮਐਨ ਵੀ ਸਪੋਰਟਸ ਆਲ ਕੈਂਡੀਡੇਟ ਤੇ ਬੀਸੀ ਵਾਲੇ ਵੀ ਉਹਨਾਂ ਨੇ 78 ਜਾਂ 78 ਤੋਂ ਵੱਧ ਵਾਲੇ ਕੈਂਡੀਡੇਟ ਠੀਕ ਹੈ ਇਸ ਤਰ੍ਹਾਂ ਬੀਸੀ ਈਐਸਐਮ ਜਨਰਲ ਈਐਸਐਮ ਤੇ ਈਡਬਲਯੂਐਸ ਇਹ ਦੋਨੇ ਜਿਹੜੇ ਆ ਇਹਨਾਂ ਨੂੰ ਆਲ ਕੈਂਡੀਡੇਟ ਤੇ ਈਡਬਲਯੂਐਸ 77 ਜਾਂ 77 ਤੋਂ ਵੱਧ ਵਾਲੇ ਇਹ ਜਿਹੜਾ ਸ਼ਡਿਊਲ ਸੀ ਇਹ ਬਾਈ ਪੋਸਟਾਂ ਨਾਲ ਰਿਲੇਟਡ ਹੈਗਾ ਠੀਕ ਹੈ ਤੇ ਜੋ ਉਮੀਦਵਾਰ ਨਹੀਂ ਪਹੁੰਚ ਸਕੇ ਹਨ ਆਪਣੀ ਸਕਰੂਟੀ ਕਰਨ ਲਈ ਕਿਸੇ ਕਾਰਨ ਕਰਕੇ ਉਹਨਾਂ ਕੋਲ ਆਖਰੀ ਮੌਕਾ ਤੁਸੀਂ ਆਪਣੀ ਜਾ ਕੇ ਸਕਰੂਟੀ ਕਰਵਾ ਸਕਦੇ ਹੋ ਠੀਕ ਹੈ ਅੱਗੇ ਵੀ ਡਿਪਾਰਟਮੈਂਟ ਵੱਲੋਂ ਜੋ ਵੀ ਇਨਫੋਰਮੇਸ਼ਨ ਆਏਗੀ ਠੀਕ ਹੈ ਉਹ ਤੁਹਾਨੂੰ ਟਾਈਮ ਟੂ ਟਾਈਮ ਦਿੰਦੇ ਰਾਂਗੇ ਸੋ ਥੈਂਕ ਯੂ ਦੋਸਤੋ ਆ ਵਾਚਿੰਗ ਦਾ ਵੀਡੀਓ ਚੈਨਲ ਤੇ ਬਨੇ ਰਹਿਣਾ ਨਿਊ ਨਿਊ ਅਪਡੇਟਸ ਦੇ ਲਈ ਠੀਕ ਹੈ ਤੇ ਇਸ ਚੈਨਲ ਤੇ ਹੀ 9594 ਪਾਸਟਰ ਨਾਲ ਰਿਲੇਟਡ ਤਿਆਰੀ ਵੀ ਕਰਵਾਈ ਜਾ ਰਹੀ ਹੈ ਜਿਨ੍ਹਾਂ ਨੇ ਤਿਆਰੀ ਕਰਨੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਸਕਦਾ ਹੈ ਸੋ ਥੈਂਕ ਯੂ